ਮਾਡਾ ਦੇ ਅਮਰੂਦ ਘੁਟਾਲੇ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪਿੰਡ ਬਾਂਕਰਪੁਰ 'ਚ ਮੁਲਜ਼ਮਾਂ ਦੇ ਘਰ ਰੇਡ ਮਾਰੀ ਹੈ। ਦੱਸ ਦੇ ਕਿ ਈਡੀ ਨੇ ਕਈ ਅਫਸਰਾਂ ਤੇ ਅਧਿਕਾਰੀਆਂ ਦੇ ਘਰ ਦੀ ਰੇਡ ਕੀਤੀ ਹੈ ਤਾਂ ਕਈ IAS ਤੇ PCS ਅਫਸਰਾਂ ਦਾ ਨਾਂ ਵੀ ਮਾਮਲੇ ਦੇ ਵਿੱਚ ਸਾਹਮਣੇ ਆਇਆ ਹੈ। ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਸਭ ਤੋਂ ਪਹਿਲਾਂ ਗਮਾਡਾ ਦੇ ਅਮਰੂਦ ਘੁਟਾਲੇ ਮਾਮਲੇ ਦੇ ਨਾਲ ਜੁੜੀ ਇਹ ਖਬਰ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪਿੰਡ ਬਾਂਕਰਪੁਰ 'ਚ ਮੁਲਜ਼ਮਾਂ ਦੇ ਘਰ ਛਾਪੇਮਾਰੀ ਕੀਤੀ ਹੈ। ਦੱਸ ਦੇ ਕਿ ED ਨੇ ਕਈ ਅਫਸਰਾਂ ਤੇ ਅਧਿਕਾਰੀਆਂ ਦੇ ਘਰ ਰੇਡ ਕੀਤੀ ਹੈ। ਖਬਰ ਤੇ ਵਧੇਰੇ ਗੱਲਬਾਤ ਦੇ ਲਈ ਵਧੇਰੇ ਸਹਿਯੋਗੀ ਰੋਹਿਤ ਬਾਂਸਲ ਮੇਰੇ ਨਾਲ ਲਾਈਵ ਜੁੜ ਚੁੱਕੇ ਨੇ। ਤਾਂ ਰੋਹਿਤ, ਕੀ ਕੁਝ ਅਹਿਮ ਜਾਣਕਾਰੀ ਹੈ ਗਮਾਡਾ ਦੇ ਅਮਰੂਦ ਘੁਟਾਲੇ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਹੈ ਜਿਸ ਨੂੰ ਲੈ ਕੇ ਐਨਫੋਰਸਮੈਂਟ ਡਾਇਰੈਕਟਰ ਵੱਲੋਂ ਸਵੇਰ ਤੋਂ ਹੀ ਦਬਿਸ਼ ਕੀਤੀ ਜਾ ਰਹੀ ਹੈ? ਕੀ ਕੁਝ ਅਹਿਮ ਜਾਣਕਾਰੀ? ਮੁੱਖ ਤੌਰ ਤੇ ਜੇਕਰ ਜ਼ਿਕਰ ਕੀਤਾ ਜਾਵੇ ਕੁਲਵਿੰਦਰ, ਤਾਂ 2016-17 ਦਾ ਇਹ ਮਾਮਲਾ ਹੈਗਾ ਜਦੋਂ ਮੋਹਾਲੀ ਦੇ ਪਿੰਡ ਬਾਕਰਪੁਰ ਦੇ ਵਿੱਚ ਇਹ ਪੂਰੀ ਘਟਨਾ ਘਟਦੀ ਹੈ ਕਿ ਇੱਕ ਜ਼ਮੀਨ ਜਿਸ ਨੂੰ ਵੇਚਿਆ ਨਹੀਂ ਜਾ ਸਕਦਾ ਸੀ, ਬਹੁਤ ਸਾਰੇ IAS ਅਧਿਕਾਰੀ PCS ਅਧਿਕਾਰੀਆਂ ਦੇ ਜਿਹੜੇ ਉਸ ਸਮੇਂ ਦੇ ਗਮਾਡਾ ਦੇ ਵਿੱਚ ਤੈਨਾਤ ਸੀ ਜਾਂ ਇਸ ਦੇ ਆਸ ਪਾਸ ਦੇ ਏਰੀਏ ਦੇ ਵਿੱਚ ਤੈਨਾਤ ਸੀ, ਗਲਤ ਤਰੀਕੇ ਦੇ ਨਾਲ ਜ਼ਮੀਨਾਂ ਜਿਹੜੀਆਂ ਉਹ ਖਰੀਦੀਆਂ ਜਾਂਦੀਆਂ ਨੇ। ਨਾਲ ਦੀ ਨਾਲ ਜਦੋਂ ਵੀ ਕਿਸੇ ਜ਼ਮੀਨ ਦਾ ਮੁਆਵਜ਼ਾ ਦੇਣਾ ਹੁੰਦਾ ਹੈ ਕੁਲਵਿੰਦਰ, ਤਾਂ ਉਸ ਸਮੇਂ ਕੀ ਹੁੰਦਾ ਕਿ ਜ਼ਮੀਨ ਖਾਲੀ ਹੈ, ਜ਼ਮੀਨ ਕਮਰਸ਼ੀਅਲ ਹੈ, ਜ਼ਮੀਨ ਦੇ ਉੱਪਰ ਕੋਈ ਕੰਸਟਰਕਸ਼ਨ ਹੋਈ ਹੋਈ ਹੈ, ਕੀ ਲੈਂਟਰ ਪਾਇਆ ਹੋਇਆ ਜਾਂ ਕੋਈ ਹੋਰ ਢਾਂਚਾ ਖੜਾ ਹੋਇਆ, ਉਸੇ ਦੇ ਆਧਾਰ ਤੇ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਂਦਾ। ਇਸ ਜਗ੍ਹਾ ਤੇ ਕੀ ਹੁੰਦਾ ਕਿ ਗਲਤ ਤਰੀਕੇ ਦੇ ਨਾਲ ਇਹ ਸ਼ੋਅ ਕਰ ਦਿੱਤਾ ਜਾਂਦਾ ਹੈਗਾ ਕਿ ਇਸ ਜਗ੍ਹਾ ਤੇ ਤਾਂ ਅਮਰੂਦਾਂ ਦੇ ਬਾਗ ਲੱਗੇ ਹੋਏ ਨੇ। ਅਮਰੂਦਾਂ ਦਾ ਬਾਗ ਅਜਿਹਾ ਬਾਗ ਹੈ ਕਿਉਂਕਿ ਲੰਮੇ ਸਮੇਂ ਤੱਕ ਅਮਰੂਦ ਦਾ ਪੌਦਾ ਜਿਹੜਾ ਉਹ ਫਲ ਦਿੰਦਾ ਹੈਗਾ, ਅਜਿਹੇ ਦੇ ਵਿੱਚ ਉਸਦੀ ਕੀਮਤ ਵੀ ਉਸੇ ਤਰੀਕੇ ਦੇ ਨਾਲ ਤੈਅ ਕੀਤੀ ਜਾਂਦੀ ਹੈ ਕਿ ਇੱਕ ਬੂਟੇ ਦਾ ਤੁਹਾਨੂੰ 1,00,000 ਰੁਪਇਆ ਜਿਹੜਾ ਇਹ ਦਿੱਤਾ ਜਾਏਗਾ। ਤਾਂ ਗਲਤ ਤਰੀਕੇ ਦੇ ਨਾਲ ਅਮਰੂਦਾਂ ਦੇ ਬਾਗ ਦਿਖਾਏ ਗਏ ਕਿ ਇੱਥੇ ਤਾਂ ਲੰਮੇ ਸਮੇਂ ਤੋਂ ਬਾਗ ਲੱਗੇ ਹੋਏ ਸੀ, ਔਰ ਉਸੇ ਆਧਾਰ ਤੇ ਜਿਹੜਾ ਕਰੋੜਾਂ ਦਾ ਮੁਆਵਜ਼ਾ ਹੈਗਾ ਉਹ ਜਾਰੀ ਕਰਵਾ ਲਿਆ ਜਾਂਦਾ ਹੈਗਾ। ਔਰ ਇਸ ਚੀਜ਼ ਨੂੰ ਲੈ ਕੇ ਲਗਾਤਾਰ ਹੁਣ ਹਾਈਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ, ਸੁਪਰੀਮ ਕੋਰਟ ਤੱਕ ਗੱਲ ਪਹੁੰਚੀ। ਤਾਂ ਕੋਰਟ ਦੇ ਵੱਲੋਂ ਜਿਹੜਾ ਫਿਲਹਾਲ ਕਹਿ ਦਿੱਤਾ ਗਿਆ ਸੀ ਕਿ ਜਿੰਨਾ ਵੀ ਮੁਆਵਜ਼ਾ ਕਿਸੇ ਨੂੰ ਦਿੱਤਾ ਗਿਆ ਉਹ ਮੁਆਵਜ਼ੇ ਦੇ ਪੈਸੇ ਜਮ੍ਹਾਂ ਕਰਵਾ ਦਿੱਤੇ ਜਾਣ, ਤਾਂ ਇਸ ਆਧਾਰ ਤੇ ਉਹਨਾਂ ਨੂੰ ਜ਼ਮਾਨਤ ਹੈ ਜਿਹੜੀ ਉਹ ਦੇ ਦਿੱਤੀ ਜਾਏਗੀ, ਨਹੀਂ ਤਾਂ ਜੇਲ੍ਹ ਜਾਣ ਦੇ ਲਈ ਤਿਆਰ ਹੋ। ਔਰ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਦੋ IAS ਅਧਿਕਾਰੀ, ਜਿਨ੍ਹਾਂ ਦੇ ਵਿੱਚੋਂ ਇੱਕ ਸੀ ਵਰਨ ਰੁਜ਼ਮ ਔਰ ਦੂਸਰੇ ਸੀ ਰਜੇਸ਼ ਧੀਮਾਨ, ਜਿਹੜੇ ਫਿਰੋਜ਼ਪੁਰ ਦੇ DC ਨੇ, ਤਾਂ ਉਹਨਾਂ ਦੇ ਜਿਹੜੀਆਂ ਪਤਨੀਆਂ ਨੇ ਉਹਨਾਂ ਦੇ ਨਾਮ ਵੀ ਇਸ ਦੇ ਵਿੱਚ ਸ਼ਾਮਿਲ ਸੀਗੇ। ਬਕਾਇਦਾ ਤੌਰ 'ਤੇ ਵਰਨ ਰੁਜ਼ਮ, ਕਿਉਂਕਿ ਉਸ ਸਮੇਂ ਗਮਾਡਾ ਦੇ ਵਿੱਚ ਤੈਨਾਤੀ ਸੀ, ਔਰ ਇਹ ਜਿਹੜਾ ਪਿੱਛੇ ਤੁਸੀਂ ਮੇਰੇ ਹੁਣ ਘਰ ਦੇਖ ਰਹੇ ਹੋ ਇਹ ਹੈ ਵਰਨ ਰੁਜ਼ਮ ਦਾ ਘਰ, ਜਿਹੜੇ ਇੱਕ ਪਾਸੇ ਐਕਸਾਈਜ਼ ਕਮਿਸ਼ਨਰ ਪੰਜਾਬ ਨੇ ਅਤੇ ਦੂਸਰੇ ਪਾਸੇ ਜਿਹੜੀ ਤੈਨਾਤੀ ਹੈ ਉਸ ਸਮੇਂ ਜਿਹੜੀ ਇਹਨਾਂ ਦੀ ਰਹੀ ਹੈਗੀ। ਤਾਂ ਇਸੇ ਆ ਚੀਜ਼ ਨੂੰ ਲੈ ਕੇ ਜਿਹੜੀ ਅੱਜ ਰੇਡ ਹੈਗੀ ਉਹ ਵਰਨ ਰੁਜ਼ਮ ਦੇ ਘਰ ED ਦੇ ਵੱਲੋਂ ਕੀਤੀ ਗਈ ਹੈਗੀ। ਸਵੇਰ ਤੋਂ ਲੈ ਕੇ ਲਗਾਤਾਰ ਰੇਡ ਚੱਲ ਰਹੀ ਹੈ, ਔਰ ਲੈਪਟਾਪ ਹੈ ਜਿਹੜਾ ਕੁਝ ਦੇਰ ਪਹਿਲੇ ਲੈਪਟਾਪ ਹੈ ਜਿਹੜਾ ਉਹ ਅੰਦਰ ਲੈ ਕੇ ਗਏ ਸੀ ਕੁਝ ਅਧਿਕਾਰੀ, ਜਿਹੜੇ ਅੰਦਰੋਂ ਜਿਹੜੇ ਬਾਹਰ ਆਏ ਸੀਗੇ ਉਹ ਅੰਦਰ ਸਮਾਨ ਲੈ ਕੇ ਜਾਣ ਦਾ ਜਿਹੜਾ ਕੰਮ ਹੈਗਾ ਉਹ ਲਗਾਤਾਰ ਕਰ ਰਹੇ ਸੀਗੇ। ਤਾਂ ਇਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਸ ਘਰ ਦੇ ਅੰਦਰ ਜਿਹੜੀ ਰੇਡ ਹੈਗੀ ਉਹ ਤੁਹਾਨੂੰ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਦੋਂ ਕੋਈ ਅਧਿਕਾਰੀ ਬਾਹਰ ਆਉਂਦਾ ਉਹਨਾਂ ਨਾਲ ਗੱਲਬਾਤ ਦੀ ਕੋਸ਼ਿਸ਼ ਜਿਹੜੀ ਕੀਤੀ ਜਾਏਗੀ। ਤਾਂ ਸਵੇਰ ਤੋਂ ਲੈ ਕੇ ਲਗਾਤਾਰ ਜਿਹੜੀਆਂ ਇਹ ਰੇਡ ਦਾ ਸਿਲਸਿਲਾ ਹੈਗਾ ਲਗਾਤਾਰ ਜਾਰੀ ਹੈਗਾ। ਬਾਕਰਪੁਰ ਜਿਹੜਾ ਪਿੰਡ ਹੈ ਜਿਸ ਜਗ੍ਹਾ ਦੇ ਉੱਪਰ ਇਹ ਪੂਰੀ ਦੀ ਪੂਰੀ ਘਟਨਾ ਘਟੀ ਹੈ ਉਸ ਜਗ੍ਹਾ ਦੇ ਉੱਪਰ ਵੀ ਜਿਹੜੀ ਇਹ ਰੇਡ ਹੈਗੀ ਉਹ ਚੱਲ ਰਹੀ ਹੈ, ਕਿਉਂਕਿ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੂੰ ਉਸ ਸਮੇਂ ਇਸ ਚੀਜ਼ ਦਾ ਫਾਇਦਾ ਮਿਲਿਆ ਹੈਗਾ। ਤਾਂ ਉਹ ਏਰੀਏ ਦੇ ਵਿੱਚ ਵੀ ਜਿਹੜੀ ਇਹ ਰੇਡ ਹੈਗੀ ਕੀਤੀ ਜਾ ਰਹੀ ਹੈ। ਖਾਸ ਤੌਰ 'ਤੇ ਜੇਕਰ ਜ਼ਿਕਰ ਕਰੀਏ ਤਾਂ IAS ਅਧਿਕਾਰੀ ਜਿਹੜੇ ਵਰਨ ਰੁਜ਼ਮ ਨੇ, ਇਹਨਾਂ ਦੇ ਜਿਹੜੇ ਧਰਮ ਪਤਨੀ ਨੇਗੇ ਉਹ ਨੇ ਸੁਮਨਪ੍ਰੀਤ ਅਤੇ ਸੁਮਨਪ੍ਰੀਤ ਦਾ ਨਾਮ ਇਸ ਘੁਟਾਲੇ ਦੇ ਵਿੱਚ ਆਉਂਦਾ ਹੈਗਾ। ਉੱਥੇ ਹੀ ਰਾਜੇਸ਼ ਧੀਮਾਨ ਜਿਹੜੇ GC ਫਿਰੋਜ਼ਪੁਰ ਨੇ ਉਹਨਾਂ ਦੀ ਧਰਮ ਪਤਨੀ ਹੈ ਜਿਹੜੀ, ਉਹਨਾਂ ਦਾ ਨਾਮ ਇਸ ਪੂਰੇ ਮਾਮਲੇ ਦੇ ਵਿੱਚ ਆਉਂਦਾ ਹੈਗਾ। ਤਾਂ ਵੱਖ ਵੱਖ ਜਿਹੜੇ IAS
ਅਧਿਕਾਰੀ ਹੋਣ, ਪੀਸੀਐਸ ਅਧਿਕਾਰੀ ਹੋਣ, ਚਾਹੇ ਗਮਾਡਾ ਦੇ ਜਿਹੜੇ ਚੀਫ ਹੋਣ, ਉਹਨਾਂ ਦਾ ਨਾਮ ਜਿਹੜਾ ਇਸ ਘੁਟਾਲਿਆਂ ਦੇ ਵਿੱਚ ਆਉਂਦਾ ਰਿਹਾ ਹੈਗਾ। ਔਰ ਇਹੀ ਇੱਕ ਵੱਡਾ ਕਾਰਨ ਹੈ ਕਿ ਲਗਾਤਾਰ ਜਿਹੜੀ ਇਸ ਦੇ ਵਿੱਚ ਰੇਡ ਹੈਗੀ ਉਹ ਕੀਤੀ ਗਈ ਹੈ। ਜੇਕਰ ਪੂਰੇ ਘੁਟਾਲੇ ਦਾ ਜ਼ਿਕਰ ਕੀਤਾ ਜਾਵੇ ਤਾਂ 106 ਲਾਭਪਾਤਰੀ ਸੀ ਜਿਨ੍ਹਾਂ ਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਕਰੋੜਾਂ ਰੁਪਏ ਦਾ ਮੁਆਵਜ਼ਾ ਜਿਹੜਾ ਉਹ ਜਾਰੀ ਕੀਤਾ ਗਿਆ ਸੀ, ਜਿਨ੍ਹਾਂ ਦੇ ਵਿੱਚੋਂ 47 ਲਾਭਪਾਤਰੀਆਂ ਨੇ ਕੋਰਟ ਦੇ ਆਦੇਸ਼ ਤੋਂ ਬਾਅਦ ਲਗਭਗ 52 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਰਾਸ਼ੀ ਹੈ ਉਹ ਜਮ੍ਹਾਂ ਕਰਵਾ ਦਿੱਤੀ ਹੈਗੀ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਅਲੱਗ ਅਲੱਗ ਇਹ ਪੂਰਾ ਮਾਮਲਾ ਹੈਗਾ, 1651 ਏਕੜ ਜਿਹੜੀ ਜ਼ਮੀਨ ਹੈ ਐਕਵਾਇਰ ਕੀਤੀ ਗਈ ਸੀ, ਜਿਸ ਦੇ ਵਿੱਚ ਮੋਹਾਲੀ ਦਾ ਪਿੰਡ ਬਾਕਰਪੁਰ ਆਉਂਦਾ, ਰੁੜਕਾ, ਛੱਤ, ਸਫੀਰਪੁਰ, ਨਰਾਇਣਗੜ੍ਹ, ਮਟਰਾਂ, ਮਨੌਲੀ, ਸਿਓ ਔਰ ਸੈਨੀ ਮਾਜਰਾ, ਚੌ ਮਾਜਰਾ, ਜਿਹੜਾ ਇਹ ਪੂਰਾ ਏਰੀਆ ਹੈਗਾ, ਇਹ ਪੂਰਾ ਏਰੀਆ ਜਿਹੜਾ ਐਕਵਾਇਰ ਕੀਤਾ ਗਿਆ ਸੀਗਾ। ਇਸ ਪੂਰੇ ਏਰੀਏ ਦੇ ਵਿੱਚੋਂ ਜਿਹੜੀ ਜ਼ਮੀਨਾਂ ਸੀ ਉਹ ਐਕਵਾਇਰ ਕੀਤੀਆਂ ਗਈਆਂ ਸੀ, ਜਿਸ ਦੇ ਵਿੱਚ ਕਹਿ ਲਈਏ ਕਿ ਗਲਤ ਤਰੀਕੇ ਦੇ ਨਾਲ ਜਿਹੜੇ ਮੁਆਵਜ਼ਾ ਰਾਸ਼ੀ ਹੈ ਉਹ ਜਾਰੀ ਕੀਤੀ ਜਾਂਦੀ ਹੈਗੀ। ਗਲਤ ਤਰੀਕੇ ਦੇ ਨਾਲ ਜਿਹੜਾ ਮੁਆਵਜ਼ਾ ਹੈਗਾ ਉਹ ਲਿਆ ਜਾਂਦਾ ਹੈਗਾ ਪਟਵਾਰੀਆਂ ਦੀ ਮਦਦ ਦੇ ਨਾਲ, ਗਮਾਡਾ ਦੀ ਮਦਦ ਦੇ ਨਾਲ ਜਿਹੜਾ ਇਹ ਪੂਰਾ ਪੂਰਾ ਘੁਟਾਲਾ ਹੈਗਾ ਜਿਹੜਾ ਉਹ ਕੀਤਾ ਗਿਆ ਹੈਗਾ। ਤਾਂ ਇਸੇ ਤਰੀਕੇ ਦੇ ਨਾਲ ਜਿਹੜੀ ਲਗਾਤਾਰ ਇਹ ਰੇਡ ਹੈਗੀ ਉਹ ਤੁਸੀਂ ਦੇਖ ਸਕਦੇ ਹੋ। ਜਿਹੜੀ ਫਿਰੋਜ਼ਪੁਰ ਦੀ DC ਸੀ, ਉਹਨਾਂ ਦੀ ਜਿਹੜੀ ਪਤਨੀ ਹੈ ਜੈਸਮੀਨ ਕੌਰ, ਉਹਨਾਂ ਦੇ ਉੱਪਰ ਬਕਾਇਦਾ ਤੌਰ 'ਤੇ ਜਿਹੜਾ ਇਹ ਮਾਮਲਾ ਸੀਗਾ ਜਿਹੜਾ ਉਹ ਦਰਜ ਕੀਤਾ ਗਿਆ ਹੈਗਾ। ਬਕਾਇਦਾ ਤੌਰ 'ਤੇ ਇਹਨਾਂ ਦੇ ਨਾਮ ਨੇ, ਜ਼ਮਾਨਤਾਂ ਤੱਕ ਜਿਹੜੀਆਂ ਅਪਲਾਈ ਨੇ ਉਹ ਕੀਤੀਆਂ ਗਈਆਂ ਨੇ। ਤਾਂ ਹਾਈਕੋਰਟ ਦੇ ਵਿੱਚੋਂ ਜਿਹੜੀ ਕਹਿ ਲਈਏ ਕਿ ਮੁਆਵਜ਼ਾ ਰਾਸ਼ੀ ਜਮ੍ਹਾਂ ਕਰਵਾਉਣ ਨੂੰ ਲੈ ਕੇ ਜਿਹੜੀ ਇੱਕ ਰਾਹਤ ਜ਼ਰੂਰ ਦਿੱਤੀ ਗਈ ਸੀ ਕਿ ਜਿਹੜਾ ਵਿਅਕਤੀ ਇਸ ਜਗ੍ਹਾ ਦੇ ਉੱਪਰ ਜਿੰਨਾ ਵੀ ਉਸਨੂੰ ਮੁਆਵਜ਼ਾ ਮਿਲੇਗਾ ਉਹ ਪੈਸੇ ਜਮ੍ਹਾਂ ਕਰਵਾ ਦੇਗਾ, ਉਸ ਨੂੰ ਇਹ ਰਾਹਤ ਜ਼ਰੂਰ ਮਿਲ ਜਾਏਗੀ, ਉਸ ਨੂੰ ਜਿਹੜੀ ਜ਼ਮਾਨਤ ਹੈਗੀ ਉਹ ਜ਼ਰੂਰ ਦੇ ਦਿੱਤੀ ਜਾਏਗੀ। ਪਰ ਜੇਕਰ ਕੋਈ ਵਿਅਕਤੀ ਪੈਸੇ ਜਮ੍ਹਾਂ ਨਹੀਂ ਕਰਵਾਏਗਾ ਤਾਂ ਉਸ ਨੂੰ ਜਿਹੜੇ ਕਹਿ ਲਈਏ ਕਿ ਮੁਆਵਜ਼ਾ ਹੈਗਾ ਜਾਂ ਮੁਆਵਜ਼ੇ ਦੇ ਪੈਸੇ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਨੂੰ ਰਾਹਤ ਨਹੀਂ ਮਿਲੇਗੀ। ਤਾਂ ਸਿੱਧੇ ਤੌਰ 'ਤੇ ਜਿੱਥੇ ਵਰਨ ਰੁਜ਼ਮ ਖੁਦ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਨੇ ਅਤੇ ਉੱਥੇ ਉਹਨਾਂ ਦਾ ਜਿਹੜੀ ਪਤਨੀ ਦਾ ਨਾਮ ਹੈਗਾ ਉਹ ਅਮਰੂਦ ਘੁਟਾਲੇ ਦੇ ਵਿੱਚ ਲਗਾਤਾਰ ਜਿਹੜਾ ਲਿਆ ਜਾ ਰਿਹਾ ਸੀਗਾ, ਉੱਥੇ ਹੀ ਫਿਰੋਜ਼ਪੁਰ ਦੇ DC ਜਸਮੀਨ ਕੌਰ ਜਿਹੜੇ ਜਿਨ੍ਹਾਂ ਦੇ ਧਰਮ ਪਤਨੀ ਨੇ ਉਹਨਾਂ ਦਾ ਨਾਮ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਸੀ। ਅਤੇ ਅੱਜ ਜਿਹੜੀ ਕਹਿ ਲਈਏ ਕਿ ਸਵੇਰ ਤੋਂ ਲੈ ਕੇ ਅਮਰੂਦ ਘੁਟਾਲੇ ਦੇ ਮਾਮਲੇ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਰੇਡ ਹੈਗੀ ਉਹ ਤੁਸੀਂ ਦੇਖ ਸਕਦੇ ਹੋ। ਬਾਕਰਪੁਰ ਪਿੰਡ ਦੇ ਹੋਣ, ਚਾਹੇ ਬਾਕੀ ਪਿੰਡਾਂ ਦਾ ਮੈਂ ਜ਼ਿਕਰ ਕੀਤਾ, ਉਹਨਾਂ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਇਹ ਰੇਡ ਸੀਗੀਆਂ ਉਹ ਦਿਖਾਈ ਦੇ ਰਹੀਆਂ ਨੇ ਔਰ ਇਸ ਜਗ੍ਹਾ ਦੇ ਉੱਪਰ ਵੀ ਜਿਹੜੀ ਇਹ ਰੇਡ ਹੈ ਉਹ ਕੀਤੀ ਜਾ ਰਹੀ ਹੈ। ਜੀ ਕੁਲਵਿੰਦਰ, ਤਾਂ ਬਿਲਕੁਲ ਰੋਹਿਤ, ਸਵੇਰ ਤੋਂ ਹੀ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਇੱਥੇ ਦਬਿਸ਼ ਕਰਨ ਦੇ ਲਈ ਪਹੁੰਚੀ। ਕੀ ਕੁਝ ਲੱਗਦਾ ਹੈ ਕਿ ED ਦੀ ਟੀਮ ਹੱਥ ਦਸਤਾਵੇਜ਼ ਕੁਝ ਐਸੇ ਲੱਗਣਗੇ ਜਿਨ੍ਹਾਂ ਤੋਂ ਕੁਝ ਹੋਰ ਅਹਿਮ ਖੁਲਾਸੇ ਹੋ ਸਕਦੇ ਨੇ? ਬਿਲਕੁਲ, ਜੇਕਰ ED ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਘਰ ਦੇ ਅੰਦਰ ਜਿਹੜੀ ਰੇਡ ਹੈਗੀ ਉਹ ED ਦੇ ਵੱਲੋਂ ਕੀਤੀ ਜਾ ਰਹੀ ਹੈ। ਬਕਾਇਦਾ ਤੌਰ 'ਤੇ ਜਿਹੜੇ ਵੱਖ ਵੱਖ ਦਸਤਾਵੇਜ਼ ਨੇ ਉਹਨਾਂ ਦੀ ਫਰੋਲਾ ਫਰਾਲੀ ਹੈ ਜਿਹੜੀ ਉਹ ਕੀਤੀ ਜਾਂਦੀ ਹੈਗੀ। ਲੈਪਟੋਪ ਹੋਣ, ਕਿਉਂਕਿ ਜਿਹੜਾ ਆਮ ਤੌਰ 'ਤੇ ਕੋਈ ਵੀ ਤੁਹਾਡਾ ਡਾਟਾ, ਕੋਈ ਵੀ ਤੁਹਾਡਾ ਕੰਮ ਕਾਜ ਹੁੰਦਾ ਹੈਗਾ, ਤੁਸੀਂ ਉਸ ਨੂੰ ਲੈਪਟੋਪ ਦੇ ਅੰਦਰ ਹੀ ਸੰਭਾਲ ਕੇ ਰੱਖਦੇ ਹੋ। ਅਜਿਹੇ ਦੇ ਵਿੱਚ ਜਿਹੜੇ ਅਜਿਹੇ ਦਸਤਾਵੇਜ਼ ਆ ਉਹਨਾਂ ਨੂੰ ਖੰਗਾਲਣ ਦੀ ਜਿਹੜੀ ਕੋਸ਼ਿਸ਼ ਹੈ ਉਹ ED ਦੇ ਵੱਲੋਂ ਕੀਤੀ ਜਾਏਗੀ ਕਿ ਕਿਸ ਤਰੀਕੇ ਦੀ ਜਿਹੜਾ ਪੂਰੀ ਦੀ ਪੂਰੀ ਕਾਰਵਾਈ ਰਹੀ ਹੈ, ਜਿਹੜੇ ਮੁਆਵਜ਼ੇ ਦੇ ਪੈਸੇ ਸੀ ਉਹਨਾਂ ਦਾ ਇਸਤੇਮਾਲ ਕਿਸ ਤਰੀਕੇ ਦੇ ਨਾਲ ਕੀਤਾ ਗਿਆ, ਕਿਸ ਤਰੀਕੇ ਦੇ ਨਾਲ ਜਿਹੜਾ ਮੁਆਵਜ਼ਾ ਸੀਗਾ ਉਹ ਹਾਸਲ ਕੀਤਾ ਗਿਆ, ਉਹ ਤਮਾਮ ਜਿਹੜੀਆਂ ਚੀਜ਼ਾਂ ਨੇ ਇਹ ਕਹਿ ਲਈਏ ਕਿ ਜਾਂਚ ਦਾ ਵਿਸ਼ਾ ਰਹਿਣ ਵਾਲੀਆਂ ਨੇ ਔਰ ਇਸੇ ਆਧਾਰ ਦੇ ਉੱਪਰ ਹੀ ਜਿਹੜੀ ਇਹ ਪੂਰੀ ਦੀ ਪੂਰੀ ਜਿਹੜੀ ਜਾਂਚ ਹੈਗੀ ਉਹ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਹੁੰਦੀ ਹੋਈ ਦਿਖਾਈ ਦੇਗੀ। ED ਦੇ ਵੱਲੋਂ ਕੀ ਕੁਝ ਦਸਤਾਵੇਜ਼ ਆਪਣੇ ਨਾਲ ਲੈ ਕੇ ਜਾਂਦੇ ਨੇ, ED ਦੇ ਵੱਲੋਂ ਕੋਈ ਚੀਜ਼ਾਂ ਸੀਜ਼ ਕੀਤੀਆਂ ਜਾਂਦੀਆਂ ਨੇ ਜਾਂ ਫਿਲਹਾਲ ਦੀ ਘੜੀ ਕਹੀਏ ਕਿ ED ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਉਸ ਦੇ ਲਈ ਇੰਤਜ਼ਾਰ ਜ਼ਰੂਰ ਕਰਨਾ ਹੋਏਗਾ। ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਇੱਕ ਵੱਡੇ IAS ਅਧਿਕਾਰੀ ਦੇ ਘਰ ਰੇਡ ਕਰਨਾ ਆਪਣੇ ਆਪ ਦੇ ਵਿੱਚ ਹੀ ਇੱਕ ਵੱਡੀ ਗੱਲ ਹੈ। ਜਿਸ ਤਰੀਕੇ ਦੇ ਨਾਲ
ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਦੋ IAS ਅਧਿਕਾਰੀਆਂ ਦੀ ਪਤਨੀਆਂ ਦੇ ਨਾਮ ਇਸ ਘੁਟਾਲੇ ਦੇ ਵਿੱਚ ਆਏ, ਜਿਨ੍ਹਾਂ ਦੇ ਵਿੱਚੋਂ ਪਹਿਲਾ ਨਾਮ ਅਸੀਂ ਕਹਿ ਰਹੇ ਸੀ ਵਰਨ ਰਜ਼ੁਮ ਦੀ ਪਤਨੀ ਜਿਹੜੇ ਜੈਸਮੀਨ ਸੀ, ਔਰ ਦੂਸਰੇ ਦੇ ਨਾਲ ਹੀ ਜਿਹੜੇ ਰਾਜੇਸ਼ ਧੀਮਾਨ ਨੇ, ਜਿਹੜੇ ਉਹਨਾਂ ਦੀ ਧਰਮ ਪਤਨੀ ਦਾ ਨਾਮ ਹੈ ਜਿਹੜਾ, ਉਹ ਇਸ ਮਾਮਲੇ ਦੇ ਵਿੱਚ ਆਇਆ ਹੈਗਾ ਕਿ ਉਹਨਾਂ ਦੇ ਵੱਲੋਂ ਵੀ ਜਿਹੜੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦੇ ਹੋਏ ਜਿਹੜੀ ਗਲਤ ਤਰੀਕੇ ਦੇ ਨਾਲ ਮੁਆਵਜ਼ਾ ਰਾਸ਼ੀ ਸੀ ਉਹ ਜਾਰੀ ਕੀਤੀ ਜਾਂਦੀ ਹੈਗੀ, ਮੋਹਾਲੀ ਦੇ ਪਿੰਡਾਂ ਦੀ ਜਿਹੜੀ ਮੁਆਵਜ਼ਾ ਰਾਸ਼ੀ ਸੀ ਉਹ ਉਹਨਾਂ ਦੇ ਵੱਲੋਂ ਜਿਹੜੀ ਜਾਰੀ ਹੈਗੀ ਉਹ ਕਰਵਾਈ ਜਾਂਦੀ ਹੈਗੀ। ਤਾਂ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਜਿਹੜਾ ਕਹਿ ਲਈਏ ਕਿ ਆ ਪੂਰੀ ਦਾ ਪੂਰਾ ਜਿਹੜਾ ਘੁਟਾਲਾ ਸੀ ਉਹ ਸਾਹਮਣੇ ਆਉਂਦਾ ਗਾ। ਦਰਅਸਲ ਵਿਜੀਲੈਂਸ ਬਿਊਰੋ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਗ੍ਰਿਫਤਾਰੀਆਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਕੀਤੀਆਂ ਜਾ ਚੁੱਕੀਆਂ ਨੇ, 17 ਤੋਂ ਵੱਧ ਲੋਕਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਕੀਤੀ ਜਾ ਚੁੱਕੀ ਹੈ, ਬਹੁਤ ਸਾਰੇ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜੀ ਜੇਲ੍ਹ ਹੈਗੀ ਉਹ ਕੱਟਣੀ ਪਈ ਹੈਗੀ, ਔਰ ਲਗਭਗ 145 ਕਰੋੜ ਤੋਂ ਜ਼ਿਆਦਾ ਜਿਹੜੀ ਮੁਆਵਜ਼ਾ ਰਾਸ਼ੀ ਦੱਸਿਆ ਜਾ ਰਿਹਾ ਸੀਗਾ ਕਿ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੀ ਕਹਿ ਲਈਏ ਕਿ ਦਰਜ ਕੀਤੀ ਗਈ ਸੀਗੀ, ਔਰ ਬਕਾਇਦਾ ਤੌਰ 'ਤੇ ਸੈਸ਼ਨ ਕੋਰਟ ਮੋਹਾਲੀ ਹੋਵੇ, ਹਾਈ ਕੋਰਟ ਹੋਵੇ, ਉੱਥੋਂ ਤੱਕ ਜਿਹੜਾ ਪੂਰੇ ਦਾ ਪੂਰਾ ਮਾਮਲਾ ਹੈਗਾ ਜਿਹੜਾ ਉਹ ਪਹੁੰਚਿਆ ਹੈਗਾ। ਅਮਰੂਦ ਘੁਟਾਲੇ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂਗੇ ਤਾਂ ਜਿਹੜੀ ਜ਼ਮੀਨ ਨੂੰ ਅਕਵਾਇਰ ਕਰਨਾ, ਜ਼ਮੀਨ ਦੀ ਲੈਂਡ ਪੂਲਿੰਗ ਨੀਤੀ ਹੁੰਦੀ ਹੈਗੀ, ਉਸ ਦੇ ਅਨੁਸਾਰ ਹੀ ਉਸ ਨੂੰ ਅਕਵਾਇਰ ਕੀਤਾ ਜਾਂਦਾ, ਉਸ ਦੀ ਇਸ ਚੀਜ਼ ਦੇ ਵਿੱਚ ਉਲੰਘਣਾ ਜਿਹੜੀ ਉਹ ਕੀਤੀ ਗਈ ਹੈ। ਜ਼ਮੀਨ ਵਿੱਚ ਲੱਗੇ ਜਿਹੜੇ ਕਹਿ ਲਈਏ ਕਿ ਫਲਦਾਰ ਬੂਟੇ ਹੋਣ, ਦਰਖਤ ਹੋਣ, ਉਹਨਾਂ ਦੀ ਕੀਮਤ ਵੱਖਰੇ ਤੌਰ 'ਤੇ ਅਦਾ ਕੀਤੀ ਜਾਣੀ ਹੁੰਦੀ ਹੈਗੀ, ਔਰ ਇਸ ਚੀਜ਼ ਨੂੰ ਲੈ ਕੇ ਬਕਾਇਦਾ ਤੌਰ 'ਤੇ ਜਿਹੜੀ ਇੱਕ ਕਲੈਕਟਰ ਹੁੰਦਾ ਹੈਗਾ ਜਿਸ ਨੂੰ LAC ਕਿਹਾ ਜਾਂਦਾ ਹੈਗਾ, ਉਸ ਦੇ ਵੱਲੋਂ ਜਿਹੜੀ ਕਹਿ ਲਈਏ ਕਿ ਸਰਵੇਖਣ ਤੋਂ ਬਾਅਦ ਹੀ ਡਾਇਰੈਕਟਰ ਬਾਗਵਾਨੀ ਨੂੰ ਇੱਕ ਰਿਪੋਰਟ ਭੇਜੀ ਜਾਂਦੀ ਹੈ, ਜਿਸ ਦੇ ਆਧਾਰ 'ਤੇ ਜਿਹੜਾ ਪੂਰੇ ਦਾ ਪੂਰਾ ਮੁਆਵਜ਼ਾ ਰਾਸ਼ੀ ਹੈ ਜਿਹੜੀ ਉਹ ਤੈਅ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਜਿਹੜਾ ਪਾਕਿਟ A ਦਾ ਮਾਮਲਾ ਆਉਂਦਾ, ਉਸ ਦੇ ਵਿੱਚ ਪਿੰਡ ਬਾਖਰਪੁਰ ਦੇ ਮੁਲਾਂਕਣ ਦਾ ਕੰਮ ਹੈ ਜਿਹੜਾ ਉਹ ਦਿੱਤਾ ਗਿਆ ਸੀ ਡਾਇਰੈਕਟਰ ਮੁਹਾਲੀ ਜਸਪ੍ਰੀਤ ਸਿੰਘ ਸਿੱਧੂ ਨੂੰ, ਉੱਥੇ ਜਿਹੜੀ SDO ਜਿਹੜੇ ਡੇਰਾਬਸੀ ਆ ਉਹਨਾਂ ਨੂੰ ਇਹ ਮਾਮਲਾ ਸੌਂਪਿਆ ਗਿਆ ਸੀਗਾ, ਔਰ ਉਹਨਾਂ ਦੇ ਵੱਲੋਂ ਜਿਹੜੀ ਆਪਣੀ ਰਿਪੋਰਟ ਹੈ ਉਹ ਇੱਕ ਸ਼੍ਰੇਣੀ 1 ਅਤੇ ਸ਼੍ਰੇਣੀ 2 ਦੇ ਜਿਹੜੀ ਲਗਭਗ 2500 ਪੌਦੇ ਜਿਹੜੇ ਪ੍ਰਤੀ ਏਕੜ ਦੇ ਹਿਸਾਬ ਨਾਲ ਦਿਖਾਏ, ਔਰ ਇਸ ਅਨੁਸਾਰ ਜਿਹੜੀ ਅਦਾਇਗੀ ਆ ਉਹ ਕੀਤੀ ਜਾਂਦੀ ਹੈ, ਔਰ ਰਿਪੋਰਟ ਹੈ ਜਿਹੜੀ ਉਹ ਗਮਾਡਾ ਨੂੰ ਭੇਜੀ ਜਾਂਦੀ ਹੈਗੀ। ਜਦੋਂ ਕਿ ਮੁਲਾਂਕਣ 'ਤੇ ਸਵਾਲ ਉੱਠੇ ਕਿ ਮੁਲਾਂਕਣ ਹੈ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਗਿਆ ਸੀਗਾ, ਕਿਉਂਕਿ ਜ਼ਿਆਦਾਤਰ ਪੌਦਿਆਂ ਦਾ ਜਿਹੜਾ ਇਸ ਦੇ ਵਿੱਚ ਜ਼ਿਕਰ ਆਉਂਦਾ ਹੈਗਾ, ਰਿਪੋਰਟ ਜਿਹੜੀ ਲਗਭਗ ਮਿਲਦੀ ਜੁਲਦੀ ਸੀ, ਪੌਦਿਆਂ ਨੂੰ ਜਿਹੜਾ ਤਿਆਰ ਹੋਣ ਦੇ ਲਈ 4 ਤੋਂ 5 ਸਾਲ ਦੀ ਉਮਰ ਦੇ ਰੂਪ ਵਿੱਚ ਦਿਖਾਈ ਦਿੱਤਾ ਗਿਆ ਸੀਗਾ। ਤਾਂ ਇਹ ਜਿਹੜੀ ਪੂਰੀ ਚੀਜ਼ ਸੀ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਏਜ ਇੱਕ ਦਰਖਤ ਦੀ ਦਿਖਾਈ ਜਾਂਦੀ ਹੈ ਕਿ ਇਸ ਸਮੇਂ ਇਸ ਜਿਹੜਾ ਪੌਦਾ ਹੈਗਾ ਉਸ ਦੀ ਏਜ ਇੰਨੀ ਹੈਗੀ, ਔਰ ਇਸ ਨੇ ਆਉਣ ਵਾਲੇ ਇੰਨੇ ਸਾਲ ਤੱਕ ਫਲ ਦੇਣਾ ਹੈਗਾ, ਉਸੇ ਆਧਾਰ 'ਤੇ ਜਿਹੜੀ ਮੁਆਵਜ਼ਾ ਰਾਸ਼ੀ ਆ ਉਹ ਤੈਅ ਕੀਤੀ ਜਾਂਦੀ ਹੈ ਕਿ ਮੰਨ ਲਓ ਕਿ ਇਹ ਤਾਂ ਜੀ ਹਾਲੇ ਤੱਕ 5 ਸਾਲ ਦਾ ਦਰਖਤ ਹੈਗਾ, ਔਰ ਇਹਨੇ ਆਉਣ ਵਾਲੇ 10 ਸਾਲ ਤੱਕ ਜਾਂ 15 ਸਾਲ ਤੱਕ ਹਾਲੇ ਤੱਕ ਫਲ ਦੇਣਾ ਹੈਗਾ, ਤਾਂ ਉਸੇ ਆਧਾਰ 'ਤੇ ਜਿਹੜੀ ਮੁਆਵਜ਼ਾ ਰਾਸ਼ੀ ਆ ਉਹ ਵਧਾ ਦਿੱਤੀ ਜਾਂਦੀ ਹੈਗੀ। ਅਤੇ ਕੁਝ ਅਜਿਹਾ ਹੀ ਹੇਰ ਫੇਰ ਸੀ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਦਿਖਾਈ ਦਿੱਤਾ ਕਿ ਅਮਰੂਦਾਂ ਦੇ ਬੂਟਿਆਂ ਦੀ ਗਿਣਤੀ ਜ਼ਿਆਦਾ ਦਿਖਾਈ ਜਾਂਦੀ ਹੈ, ਅਮਰੂਦਾਂ ਦੇ ਬੂਟਿਆਂ ਦੀ ਏਜ ਜਿਹੜੀ ਤਰੀਕੇ ਨਾਲ ਸ਼ੋਅ ਕੀਤੀ ਜਾਂਦੀ ਹੈਗੀ, ਔਰ ਜ਼ਮੀਨ ਦੇ ਰੇਟਾਂ ਨੂੰ ਜਿਸ ਤਰੀਕੇ ਦੇ ਨਾਲ ਆਪਣੇ ਹੱਕ ਦੇ ਵਿੱਚ ਕੀਤਾ ਜਾਂਦਾ। ਇਹ ਪੂਰੇ ਦਾ ਪੂਰਾ ਇੱਕ ਵੱਡਾ ਘੁਟਾਲਾ ਸੀਗਾ ਜਿਸ ਦੇ ਵਿੱਚ ਅਮਰੂਦ ਘੁਟਾਲੇ ਦੇ ਨਾਲ ਪੰਜਾਬ ਦੇ ਨਾਲ ਜਿਹੜਾ ਇਹ ਕਹਿ ਲਈਏ ਕਿ ਸੰਬੋਧਨ ਹੈ ਜਿਹੜਾ ਇਸ ਘੁਟਾਲੇ ਨੂੰ ਹੋਇਆ ਗਿਆ ਗਾ, ਔਰ ਹਾਈਕੋਰਟ ਵਿੱਚ ਮਾਮਲਾ ਪਹੁੰਚਿਆ, ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੇ ਲੋਕ ਜਿਹੜੇ ਉਹਨਾਂ ਪਿੰਡਾਂ ਦੇ ਰਹਿਣ ਵਾਲੇ ਸੀ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਵੇਚੀਆਂ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜੇਲ੍ਹ ਹੈ ਜਿਹੜੀ ਉਹ ਕੱਟਣੀ ਪਈ ਆ, ਪਰ ਹਾਲਾਂਕਿ ਹਾਲੇ ਤੱਕ ਕਿਸੇ IAS ਅਧਿਕਾਰੀ 'ਤੇ ਗਾਜ ਡਿੱਗਦੀ ਹੋਈ ਨਜ਼ਰ ਨਹੀਂ ਆਈ ਆ, ਹਾਲੇ ਤੱਕ ਕਿਸੇ ਸੀਨੀਅਰ ਆਫਿਸਰ 'ਤੇ ਉਸ ਤਰੀਕੇ ਦੇ ਨਾਲ ਜਿਹੜੀ ਕਹਿ ਲਈਏ ਕਿ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ ਹੈਗੀ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਕੀ ਅੱਜ ਦੀ ਇਹ ਅਮਰੂਦ ਘੁਟਾਲੇ ਦੇ ਵਿੱਚ ਜੋ ED ਦੀ ਐਂਟਰੀ ਹੋਈ ਹੈ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਪੂਰੇ ਦਾ ਪੂਰਾ ਮਾਮਲਾ ਸੀ ਉਹ ਪੰਜਾਬ ਦੇ ਵਿੱਚ ਚੱਲ ਰਿਹਾ ਸੀਗਾ, ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ FIR ਕੁਐਸ਼ ਨੂੰ ਲੈ ਕੇ ਵੀ ਬਹੁਤ ਸਾਰੇ ਮਾਮਲੇ ਉੱਠੇ, ਹਾਈਕੋਰਟ ਸੁਪਰੀਮ ਕੋਰਟ ਤੱਕ ਇਹ ਜਿਹੜੇ ਮਾਮਲੇ ਨੇ ਉਹ ਜਾਂਦੇ ਦਿਖਾਈ ਦਿੱਤੇ। ਪਰ ਹੁਣ ਕੀ ਇਸ ਮਾਮਲੇ ਦੇ ਵਿੱਚ ਕੋਈ ਜਿਹੜਾ ਕਹਿ ਲਈਏ ਕਿ ਜਿਹੜੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਜਿਹੜਾ ਇਹ ਘੁਟਾਲਾ ਹੈਗਾ ਆਮ ਲੋਕਾਂ ਦਾ ਨਹੀਂ ਬਲਕਿ ਵੱਡੇ ਲੋਕਾਂ ਦਾ, ਵੱਡੇ ਆਫਿਸਰਾਂ ਦਾ, ਤਾਂ ਦੇਖਣਾ ਇਹ ਹੋਏਗਾ ਕਿ
ਕੀ ਇਸ ਚੀਜ਼ ਦੇ ਵਿੱਚ ਖਾਸ ਦਿਖਾਈ ਦੇ ਰਿਹਾ ਹੈਗਾ। ਤਾਂ ਪਿੱਛੇ ਤੁਸੀਂ ਦੇਖੋਗੇ ਘਰ ਦੇ ਬਾਹਰ ਤੁਸੀਂ ਦੇਖੋਗੇ ਬਿਲਕੁਲ ਸਨਾਟਾ ਜਿਹੜਾ ਉਹ ਪਸਰਿਆ ਹੋਇਆ ਹੈਗਾ, ਪਰ ਜਿਹੜੀਆਂ ਈਡੀ ਦੀਆਂ ਟੀਮਾਂ ਨੇ ਉਹ ਅੰਦਰ ਜਿਹੜੀ ਇਸ ਵਕਤ ਦਬਿਸ਼ ਉਹਨਾਂ ਦੇ ਵੱਲੋਂ ਕੀਤੀ ਗਈ ਹੈ, ਈਡੀ ਦੀਆਂ ਟੀਮਾਂ ਦੇ ਵੱਲੋਂ ਅੰਦਰ ਜਿਹੜਾ ਪੂਰੀ ਦੇਖ ਰੇਖ ਹੈਗੀ ਉਹ ਕੀਤੀ ਜਾ ਰਹੀ ਹੈਗੀ, ਜਿਹੜੀ ਫਰੋਲਾ ਫਰ ਵਾਲੀ ਉਹ ਕੀਤੀ ਜਾ ਰਹੀ ਹੈਗੀ, ਪੁੱਛਗਿੱਛ ਵੀ ਜਿਹੜੀ ਕੀਤੀ ਜਾ ਸਕਦੀ ਹੈ, ਜੇਕਰ ਕੋਈ ਦਸਤਾਵੇਜ਼ ਮਿਲਦਾ ਉਸ ਦੀ ਜਿਹੜੀ ਜਾਣਕਾਰੀ ਹੈਗੀ ਉਹ ਮੰਗੀ ਜਾ ਸਕਦੀ ਹੈਗੀ। ਤਾਂ ਵਰ ਰਿਜ਼ਮ ਜਿਹੜੇ ਇੱਕ ਸੀਨੀਅਰ IAS ਅਧਿਕਾਰੀ ਨੇਗੇ ਪੰਜਾਬ ਕੈਡਰ ਦੇ, ਉਹਨਾਂ ਦੇ ਜਿਹੜੀ ਘਰ ਜਦੋਂ ਰੇਡ ਹੁੰਦੀ ਆ, ਹਾਲਾਂਕਿ ਇਸ ਤੋਂ ਪਹਿਲਾਂ ਜਿਹੜੀ ਰੇਡ ਸੀ ਵਰ ਰਿਜ਼ਮ ਦੇ ਘਰ ਉਹ ਐਕਸਾਈਜ਼ ਪਾਲਿਸੀ ਨੂੰ ਲੈ ਕੇ ਵੀ ਹੋਈ ਰਹੀ ਹੈ, ਕਿਉਂਕਿ ਐਕਸਾਈਜ਼ ਨੂੰ ਲੈ ਕੇ ਜਿਹੜੇ ਵਰ। ਠੀਕ ਹੈ ਰੋਹਿਤ, ਤੁਸੀਂ ਲਗਾਤਾਰ ਆਪਣੀ ਨਜ਼ਰ ਇੱਥੇ ਬਣਾਈ ਰੱਖੋ, ਅਸੀਂ ਪਲ ਪਲ ਦੀ ਅਪਡੇਟ ਤੁਹਾਡੇ ਤੋਂ ਲੈਂਦੇ ਰਹਾਂਗੇ। ਤੇ ਦੇਖਣਾ ਬੇहद ਅਹਿਮ ਰਹਿਣ ਵਾਲਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇਸ ਜਾਂਚ ਦੇ ਵਿੱਚ, ਛਾਪੇਮਾਰੀ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ। ਤਾਂ ਰੋਹਿਤ ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।